सर बहुत वधिया चीज़ है जी। ਤੁਸੀਂ ਇਹ ਮੰਨ ਕੇ ਚਲੋ ਮੈਨੂੰ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਮੇਰੇ ਕੋਲ ਦੋ ਮੋਟਰਸਾਈਕਲ ਖੜੇ ਆ ਪੈਟਰੋਲ ਦਾ ਤਾਂ ਬਹੁਤ ਖਰਚਾ ਬਚਦਾ ਹੋਣਾ ਮੈਂ ਕਹਿੰਦਾ ਜੀ ਇੱਕ ਮਹੀਨੇ 'ਚ ਇੱਕ ਰੁਪਈਆ ਨਹੀਂ ਖਰਚਿਆ ਤੇ ਉਦਾਂ ਚਲਾਉਣ 'ਚ ਤੁਹਾਨੂੰ ਪੂਰਾ ਸੈਟੀਸਫੈਕਸ਼ਨ ਪੂਰੀ ਹੈ ਪੂਰੀ ਹੈ ਜੀ ਦੋ ਬੰਦੇ ਬੈਠ ਕੇ ਅਸੀਂ 80 ਕਿਲੋਮੀਟਰ ਚਲਾ ਕੇ ਵੀ ਦੇਖੀ ਆਪਾਂ ਇੱਕ ਵਾਰੀ ਕਸਟਮਰ ਦਾ ਰਿਵਿਊ ਵੀ ਲੈ ਲਿਆ ਜਿਨ੍ਹਾਂ ਨੇ ਇਹ ਸਕੂਟੀ ਲਿੱਤੀ ਹੈ ਤੇ ਆਈ ਥਿੰਕ ਇਹਨਾਂ ਨੂੰ 1-1.5 ਮਹੀਨਾ ਹੋ ਗਿਆ ਆਈ ਥਿੰਕ ਤੁਹਾਨੂੰ ਲਈ ਨੂੰ ਤੇ ਕੀ ਕਹਿਣਾ ਚਾਹੋਗੇ ਤੁਸੀਂ ਸਰ ਬਹੁਤ ਵਧੀਆ ਚੀਜ਼ ਹੈ ਇਹ ਜੀ ਤੁਸੀਂ ਇਹ ਮੰਨ ਕੇ ਚਲੋ ਮੈਨੂੰ 1 ਮਹੀਨੇ ਤੋਂ ਉੱਪਰ ਹੋ ਗਿਆ ਮੇਰੇ ਕੋਲ 2 ਮੋਟਰਸਾਈਕਲ ਖੜੇ ਆ ਜੀ ਘਰ ਜੀ 1 ਮਹੀਨੇ 'ਚ ਮੈਂ ਦੋਨੋਂ ਮੋਟਰਸਾਈਕਲ ਨਹੀਂ ਛੇੜੇ ਅੱਛਾ ਮੇਰੀ ਮੰਨ ਲਓ ਜਿੰਨੀ ਪਿੰਡ 'ਚ ਵੀ ਚਲਾਈ ਹੈ ਮੈਂ ਨੇੜੇ ਤੇੜੇ ਸ਼ਹਿਰ 'ਚ ਵੀ ਜਾਂਦਾ ਬੜੀ ਵਧੀਆ ਪੈਟਰੋਲ ਦਾ ਤਾਂ ਬਹੁਤ ਖਰਚਾ ਬਚਦਾ ਮੈਂ ਕਹਿੰਦਾ ਜੀ 1 ਮਹੀਨੇ 'ਚ 1 ਰੁਪਈਆ ਨਹੀਂ ਖਰਚਿਆ ਬਿਲਕੁਲ ਫ੍ਰੀ ਗੱਡੀ ਚਲਾ ਰਹੇ ਲਓ ਤੁਸੀਂ ਸੁਣ ਸਕਦੇ ਹੋ ਕਿ ਫ੍ਰੀ ਗੱਡੀ ਚਲਾ ਰਹੇ ਨੇ ਪੈਟਰੋਲ ਦਾ ਕੋਈ ਖਰਚਾ ਨਹੀਂ ਹੈ ਤੇ ਉਦਾਂ ਚਲਾਉਣ 'ਚ ਤੁਹਾਨੂੰ ਪੂਰਾ ਸੈਟੀਸਫੈਕਸ਼ਨ ਪੂਰੀ ਹੈ ਪੂਰੀ ਹੈ ਜੀ ਦੋ ਬੰਦੇ ਬੈਠ ਕੇ ਅਸੀਂ 80 ਕਿਲੋਮੀਟਰ ਚਲਾ ਕੇ ਵੀ ਦੇਖ ਲਈਏ ਅੱਛਾ ਅਪ ਡਾਊਨ ਕਰਕੇ ਦੇਖ ਲਈ ਕੋਈ ਹੋਰ ਨਹੀਂ ਪ੍ਰੋਬਲਮ ਮਤਲਬ ਪੂਰੇ ਖੁਸ਼ ਹੋ ਤੁਸੀਂ ਇਹਨਾਂ ਦੀ ਸਰਵਿਸ ਨਾਲ ਪੂਰੇ ਤੇ ਜੇ ਸ਼ੋਰੂਮ ਦੀ ਜੋ ਸਰਵਿਸ ਤੁਹਾਨੂੰ ਪ੍ਰੋਵਾਈਡ ਕੀਤੀ ਹੈ ਬਹੁਤ ਵਧੀਆ ਜੀ ਵਧੀਆ ਸਰਵਿਸ ਹੈ ਵਧੀਆ ਸਟਾਫ ਹੈ ਕੋਈ ਪ੍ਰੋਬਲਮ ਆਉਂਦੀ ਹੈ ਫੋਨ ਤੇ ਵੀ ਸੋਲਵ ਕਰਦੇ ਆ ਜੇ ਇੱਥੇ ਲਿਆ ਕੇ ਕਰਵਾਉਣਾ ਉਹ ਵੀ ਕਰਦੇ ਆ ਉਹ ਵੀ ਕਰਦੇ ਉਹ ਵੀ ਵਧੀਆ ਲਓ ਤੁਸੀਂ ਸੁਣ ਹੀ ਲਿੱਤਾ ਕਿ ਸਰਵਿਸ ਬਹੁਤ ਵਧੀਆ ਇਹਨਾਂ ਦੀ ਸਟਾਫ ਬਹੁਤ ਵਧੀਆ ਹੈ ਬਾਕੀ ਤੁਹਾਨੂੰ ਵੀ ਕੋਈ ਕੁਐਸਚਨਸ ਨੇ ਤੁਸੀਂ ਇੱਥੇ ਆ ਸਕਦੇ ਹੋ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਬਹੁਤ ਹੀ ਵਧੀਆ ਰਿਵਿਊਜ਼ ਜਿਹੜੇ ਨੇ ਭਾਜੀ ਨੇ ਵੀ ਸਾਨੂੰ ਦਿੱਤੇ ਨੇ ਬਹੁਤ ਖੁਸ਼ ਨੇ ਸੈਟੀਸਫਾਈ ਨੇ ਤੇ ਹੈਪੀ ਕਸਟਮਰ ਨੇ ਇੱਥੇ ਦੇ ਤੁਸੀਂ ਵੀ ਆਓ ਤੇ ਇੱਥੋਂ ਆ ਕੇ ਆਪਣੀ ਸਕੂਟੀ ਪਰਚੇਸ ਕਰੋ ਤੇ ਤੁਸੀਂ ਵੀ ਹੈਪੀ ਕਸਟਮਰ ਬਣੋ ਥੈਂਕ ਯੂ।